साबका हाकी खिडारी ते कांग्रेसी विधायक प्रगट सिंह अपनी एक चिट्ठी दे विवाद नू लैके लगातार मीडिया सने विरोधी धिरां दे हीरो बने हुए ने। अजिहे विच बीते दिनी साबका कैबिनेट मंत्री ते अकाली आगू मजीठिया ने प्रगट सिंह नू सिद्धू दे इशारे ते बगावत करन दा दोष मिलिया सी, जिसनू स्पष्ट करन लई खुद प्रगट सिंह ने मोर्चा संभाल लिया ते की जवाब दिता देखो। प्रगट सिंह ने 10 साल हिंदुस्तान की कप्तानी की, इस करके कि ਤੁਹਾਡੀ ਲੋਕਾਂ ਦੀ ਪਤਾ ਨਹੀਂ ਕਿਉਂ ਕੋਈ ਜੇ ਵਿਕਰਮਜੀਤੀਆ ਕਹਿ ਰਿਹਾ ਹੈਗਾ ਕਿ ਹਾਂ ਵੀ ਮੈਂ ਕਿਸੇ ਦਾ ਬਹੁਤ ਕੀ ਨਹੀਂ ਮਿਲੂ, ਜਦੋਂ ਮੈਂ ਇਹਨਾਂ ਦੀ ਅਗੇਂਸਟ ਹੋਇਆ ਸੀ ਉਦੋਂ ਮੈਂ ਕਿਸੇ ਦਾ ਬਹੁਤ ਜਿਹੜੀ ਹੋਣੀ ਚਾਹੀਦੀ ਉਹ ਨਹੀਂ ਹੈਗੀ। ਔਰ ਕੈਪਟਨ ਅਮਰਿੰਦਰ ਸਿੰਘ ਦੀ ਪਬਲਿਕ ਦੇ ਵਿੱਚ ਪਰਸੈਪਸ਼ਨ ਬਣੀ ਹੈਗੀ ਆ, ਉਹਨੂੰ ਅਸੀਂ ਠੀਕ ਕਰ ਲਈਏ। ਹਜੇ ਹਜੇ ਵੀ ਸਮਾਂ ਹੈਗਾ, ਅਸੀਂ ਠੀਕ ਕਰ ਲਈਏ ਤਾਂ ਅਸੀਂ ਬੈਟਰ ਕਰਾਂਗੇ। ਤਾਂ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਵਿਰੋਧੀ ਧਿਰਾਂ ਨੇ ਤਿਆਰੀ ਕੀਤੀ ਹੈ ਕਈ ਮੁੱਦਿਆਂ ਨੂੰ ਲੈ ਕੇ, ਕਾਂਗਰਸ ਉਸ ਦਾ ਜਵਾਬ ਦੇਣ ਦੇ ਵਿੱਚ ਸਕਸ਼ਮ ਹੋਵੇਗੀ? ਵਿਰੋਧੀ ਧਿਰ ਦਾ ਕੰਮ ਹੈ ਡੈਮੋਕ੍ਰੇਸੀ ਦਾ ਹਿੱਸਾ ਹੈ, ਜਿੰਨੀ ਓਪੋਜੀਸ਼ਨ ਸਟਰੋਂਗ ਹੋਊਗੀ ਉਨੀ ਸਰਕਾਰ ਦੀ ਕਾਰਗੁਜ਼ਾਰੀ ਬਿਹਤਰ ਹੋਊਗੀ, ਕਿਉਂਕਿ ਡੈਮੋਕ੍ਰੇਟਿਕ ਸੈਟਅਪ ਦੇ ਵਿੱਚ ਆਪਾਂ ਕੰਮ ਕਰਦੇ ਹਾਂ। ਸੋ ਉਹਨਾਂ ਨੂੰ ਹੱਕ ਹੈਗਾ ਇਹ ਦੱਸਣਾ ਕਿ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਵਿਧਾਨ ਸਭਾ ਦੇ ਵਿੱਚ ਬੜੀ ਸਾਰਥਿਕ ਡਿਸਕਸ਼ਨ ਹੋਣੀ ਚਾਹੀਦੀ ਹੈ, ਲੈਂਥੀ ਡਿਸਕਸ਼ਨ ਹੋਣੀ ਚਾਹੀਦੀ ਆ। ਅਸੀਂ ਕਈ ਵਾਰੀ ਕਈ ਚੀਜ਼ਾਂ ਬਲੂ ਪ੍ਰਿੰਟ ਦੇ ਪਾਉਂਦੇ ਹਾਂ, ਅਸੀਂ ਜੇ ਦੋ ਦਿਨ ਦਾ ਸੈਸ਼ਨ ਤਿੰਨ ਦਾ ਸੈਸ਼ਨ ਸਾਨੂੰ ਵੱਧ ਸੈਸ਼ਨ ਕਰਨਾ ਚਾਹੀਦਾ। ਡਿਸਕਸ਼ਨ ਕਰੋ, ਡਿਸਕਸ਼ਨ ਤੋਂ ਜੇ ਚੰਗੀਆਂ ਚੀਜ਼ਾਂ ਹੁੰਦੀਆਂ ਜੋ ਓਪੋਜੀਸ਼ਨ ਤੋਂ ਚੰਗੀ ਚੀਜ਼ਾਂ ਉਹ ਵੀ ਲੈ ਲਓ। ਅਲਟੀਮੇਟਲੀ ਆਪਾਂ ਕਰਨਾ ਤਾਂ ਸਿਸਟਮ ਨੂੰ ਇੰਪਰੂਵ ਹੀ, ਅਤੇ ਜੇ ਸਿਸਟਮ ਨੂੰ ਇੰਪਰੂਵ ਕਰਾਂਗੇ ਤਾਂ ਹੀ ਗਾਂਹ ਜਾ ਕੇ ਕਰ ਸਕਦਾ। ਸੈਸ਼ਨ ਤਾਂ ਲੱਗਦਾ ਕਿ ਵਧਾਉਣਾ ਚਾਹੀਦਾ ਸੀ ਹੋਰ ਵੀ ਇਸ ਤੋਂ ਦੂਜਾ, ਕਿਉਂਕਿ ਮੈਂ ਤਾਂ ਹਮੇਸ਼ਾ ਇਸ ਗੱਲ ਦੀ ਸਾਲਤ ਕਰਦਾ ਕਿ ਸੈਸ਼ਨ ਜਿਹੜਾ ਆ ਉਹ ਠੀਕ ਸਮੇਂ ਦਾ ਹੋਣਾ ਚਾਹੀਦਾ ਤਾਂ ਕਿ ਉੱਥੇ ਡਿਸਕਸ਼ਨ ਕਰ ਸਕੇ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।